ਚਾਹ ਬਣਾਉਣ ਲੱਗੇ ਹਾਂ ਤੇ ਪੌਣੇ ਨੂੰ ਅੱਗ ਲੱਗ ਗਈ ਤੇ ਸਾਰੇ ਅੰਦਰ ਫੈਲ ਗਈ ਅੱਗ ਤੇ ਸਾਰਾ ਸਮਾਨ ਸਾਡਾ ਸੜ ਗਿਆ ਸੀ ਟੀਵੀ ਫਰਿੱਜ ਤੇ ਸਾਰੇ ਲੀੜੇ ਵੀ ਤੇ ਮਗਰੋਂ ਕਿਤੇ ਬੱਚੇ ਚਾਹ ਬਣਾਉਣ ਲੱਗੇ ਵਿਚਾਰੇ ਮੰਮੀ ਡੈਡੀ ਵੀ ਘਰ ਨਹੀਂ ਸੀ ਹੈਗਾ ਅੱਛਾ ਤੇ ਮਗਰੋਂ ਇਹਨਾਂ ਤਾਈ ਤੇ ਬੱਚੇ ਮਸਾਂ ਬਚਾਏ ਧੂ ਧਾ ਕੇ ਬਾਹਰ ਕੱਢੇ ਕੰਟਰੋਲ ਨਹੀਂ ਹੋਇਆ ਅੱਗ ਤੋਂ ਜ਼ਿਆਦਾ ਲੱਗ ਗਈ ਸਾਰੇ ਕਮਰੇ ਚ ਫੈਲ ਗਈ ਤੇ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਜਦੋਂ ਮੈਂ ਆਣ ਕੇ ਵੇਖਿਆ ਤੇ ਸਾਰਾ ਸਮਾਨ ਨੂੰ ਅੱਗ ਲੱਗੀ ਹੋਈ ਸੀ ਸਾਰਾ ਕੁਛ ਉੱਠਾ ਜੋ ਵੀ ਬਿਸਤਰਾ ਜੋ ਵੀ ਬੈੱਡ ਜੋ ਵੀ ਸਮਾਨ ਸੀ ਘਰ ਦਾ ਕੁਛ ਗਹਿਣਾ ਸੀਗਾ ਕੁਛ ਪੈਸੇ ਸੀ 8-9 ਹਜ਼ਾਰ ਰੁਪਈਆ ਦੱਸਦੇ ਨੇ ਸਾਰਾ ਹੀ ਮਤਲਬ ਵਿੱਚੇ ਸੜ ਚੁੱਕਾ ਚਾਹ ਬਣਾਉਣ ਲੱਗੇ ਪੌਣੇ ਨੂੰ ਅੱਗ ਲੱਗ ਗਈ ਸਾਰੇ ਅੱਗ ਅੰਦਰ ਫੈਲ ਗਈ ਬੱਚੇ ਨਿੱਕੇ ਨਿੱਕੇ ਸੀ ਬੱਚੇ ਨਿੱਕੇ ਨਿੱਕੇ ਜਾਂ ਦੋ ਕਾਕੇ ਨਿੱਕੇ ਨਿੱਕੇ ਦੋ ਗੁੱਡੀਆਂ ਸੀ ਆਵੇ ਗੁੱਡੀ ਇੱਥੇ ਤੁਹਾਡੇ ਸਿਲੰਡਰ ਫਟਣ ਦੇ ਨਾਲ ਅੱਗ ਲੱਗਣ ਕੇ ਅੱਗ ਲੱਗ ਕੇ ਅਚਾਨਕ ਇਹਨਾਂ ਦਾ ਸਾਰਾ ਸਮਾਨ ਜਿੰਨਾ ਵੀ ਵਸਤੂਆਂ ਹੈਗੀਆਂ ਕਮਰੇ ਦੇ ਵਿੱਚ ਸਾਰੀਆਂ ਸੜ ਚੁੱਕੀਆਂ ਸਮਾਨ ਤੋਲਾ ਚਾਂਦੀ ਦਾ ਸੀਗਾ ਵੀ ਟੌਪ ਸੀਗੇ 8-9 ਹਜ਼ਾਰ ਰੁਪਇਆ ਸੀ ਉਹ ਵੀ ਸਾਰਾ ਸੜ ਗਿਆ ਵਾ ਮੌਤ ਦਾ ਸਰਟੀਫਿਕੇਟ ਹੈਗੀ ਪਰਾਹੁਣੇ ਦਾ ਵੀ ਸੜ ਗਿਆ ਕਾਗਜ਼ ਤੇ ਉਹਦੇ ਕਿਧਰ ਕਾਲੀ ਤੇ ਕੀ ਹੋਇਆ ਘਰ ਨੂੰ ਕੀ ਗੱਲ ਅੱਗ ਕਿਵੇਂ ਲੱਗੀ ਚਾਹ ਬਣਾਉਣ ਲੱਗਿਆ ਤੇ ਪੌਣੇ ਨੂੰ ਅੱਗ ਲੱਗ ਗਈ ਤੇ ਸਾਰੇ ਅੰਦਰ ਫੈਲ ਗਈ ਅੱਗ ਤੇ ਸਾਰਾ ਸਮਾਨ ਸਾਡਾ ਸੜ ਗਿਆ ਸੀ ਕਿੰਨਾ ਸਮਾਨ ਸੜਿਆ ਟੀਵੀ ਫਰਿੱਜ ਤੇ ਸਾਰੇ ਲੀੜੇ ਵੀ ਪ੍ਰੋਗਰਾਮ ਸੀ ਮੈਂ ਉਥੋਂ ਆਣ ਕੇ ਤੇ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਤੇ ਆਉਂਦਿਆਂ ਨੂੰ ਇੱਥੇ ਪੁੱਛਿਆ ਇਹਨਾਂ ਨੇ ਦੱਸਿਆ ਮੈਨੂੰ ਵੀ ਇੱਥੇ ਅੱਗ ਲੱਗ ਗਈ ਲੱਖਾ ਸਿੰਘ ਦੇ ਘਰ ਜਦੋਂ ਮੈਂ ਆਣ ਕੇ ਵੇਖਿਆ ਤੇ ਸਾਰਾ ਸਮਾਨ ਨੂੰ ਅੱਗ ਲੱਗੀ ਹੋਈ ਸੀ ਸਾਰਾ ਕੁਛ ਉੱਠਾ ਜੋ ਵੀ ਬਿਸਤਰਾ ਜੋ ਵੀ ਬੈੱਡ ਜੋ ਵੀ ਸਮਾਨ ਸੀ ਘਰ ਦਾ ਕੁਛ ਗਹਿਣਾ ਸੀਗਾ ਕੁਛ ਪੈਸੇ ਸੀ 8-9 ਹਜ਼ਾਰ ਰੁਪਈਆ ਦੱਸਦੇ ਨੇ ਸਾਰਾ ਹੀ ਮਤਲਬ ਵਿੱਚੇ ਸੜ ਚੁੱਕਾ ਕਿਹੜੇ ਕਿਹੜੇ ਬੱਚੇ ਕਿੰਨੇ ਕਿਹੜੇ ਇਹਨਾਂ ਦੇ ਬੱਚੇ ਕੁਝ 5-6-7 ਸਾਲ ਦੇ ਆ ਕੁਝ ਵੱਡੇ ਨੇ ਤੇ 6-7 ਬੱਚੇ ਆ ਜੀ ਇਹਦੇ ਸਮਾਨ ਕੀ ਸੜਿਆ ਹੋਰ ਸਮਾਨ ਕੁਛ ਟੀਵੀ ਸੀਗਾ ਤੇ ਬੈੱਡ ਸੀਗੇ ਤੇ ਫਰਿੱਜ ਵਗੈਰਾ ਜਿੰਨਾ ਵੀ ਕਿਚਨ ਦਾ ਸਮਾਨ ਹੁੰਦਾ ਜੀ ਉਹ ਕਮਰੇ ਦੇ ਵਿੱਚ ਹੀ ਸਾਰਾ ਕੁਛ ਤੇ ਮਗਰੋਂ ਬੱਚਿਆਂ ਨੇ ਜਦੋਂ ਚਾਹ ਬਣਾਉਣ ਲੱਗੇ ਨੇ ਉਦੋਂ ਕਿਤੇ ਪੂਣੇ ਦੇ ਨਾਲ ਅੱਗ ਲੱਗ ਕੇ ਗਾਂ ਤੇ ਸਾਰੇ ਕਮਰੇ ਦੇ ਵਿੱਚ ਅੱਗ ਫੈਲ ਗਈ ਹੈ ਉਹ ਸਾਰਾ ਸਮਾਨ ਜਿਹੜਾ ਸੜ ਚੁੱਕਾ ਹੈ ਮੈਂ ਮੌਕੇ ਤੇ ਆਣ ਕੇ ਵੇਖਿਆ ਕੀ ਮੰਗ ਕਰਦੇ ਮੰਗ ਇਹੋ ਹੀ ਹੈ ਵੀ ਸਮਾਜ ਸੇਵੀਆਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਾਂਗੇ ਤੇ ਹੋਰ ਵੀ ਕੋਈ ਦਾਨੀ ਸੱਜਣ ਜਿਹੜੇ ਸਾਡੇ ਕੋਈ ਵੀ ਮਦਦ ਇਹਨਾਂ ਦੀ ਕਰ ਸਕਦਾ ਕੀ ਨਾਮ ਹੈ ਜੀ ਤੁਹਾਡਾ ਕੁਲਦੀਪ ਕੌਰ ਕੀ ਗੱਲ ਹੋਈ ਹੈ ਜੀ ਸਰ ਘਰ ਨੀ ਸੀ ਗਏ ਵਿਚਾਰੇ ਕੰਮ ਕੁਮ ਕਰਨ ਗਏ ਸੀ ਬਾਹਰ ਤੇ ਤੁਸੀਂ ਕੀ ਲੱਗਦੇ ਮੈਂ ਇਹਨਾਂ ਦੀ ਭੂਆ ਨਿਆਣਿਆਂ ਅੱਛਾ ਤੇ ਮਗਰੋਂ ਕਿਤੇ ਬੱਚੇ ਚਾਹ ਬਣਾਉਣ ਲੱਗੇ ਵਿਚਾਰੇ ਮੰਮੀ ਡੈਡੀ ਵੀ ਘਰ ਨੀ ਸੀ ਹੈਗਾ ਅੱਛਾ ਤੇ ਮਗਰੋਂ ਇਹਨਾਂ ਤਾਈ ਤੇ ਬੱਚੇ ਮਸਾਂ ਬਚਾਏ ਧੂ ਧਾ ਕੇ ਬਾਹਰ ਕੱਢੇ ਕੰਟਰੋਲ ਨੀ ਹੋਇਆ ਅੱਗ ਤੋਂ ਜ਼ਿਆਦਾ ਲੱਗ ਗਈ ਸਾਰੇ ਕਮਰੇ ਚ ਫੈਲ ਗਈ ਕੀ ਸੜਿਆ ਸਮਾਨ ਟੀਵੀ ਟੂਵੀ ਸਾਰਾ ਕੁਛ ਸੜ ਗਿਆ ਬੈੱਡ ਗੱਦੇ ਕੱਪੜੇ ਰਜਾਈਆਂ ਮੋਟੀਆਂ ਸਾਰਾ ਸਮਾਨ ਮਤਲਬ ਜੋ ਵੀ ਅੰਦਰ ਕਿਚਨ ਕੁਚਨ ਦਾ ਸਾਰਾ ਸੜ ਗਿਆ ਕੋਈ ਚੀਜ਼ ਨੀ ਰਹੀ ਇੱਕੋ ਕਮਰਾ ਹਾਂਜੀ ਇੱਕ ਹੀ ਕਮਰਾ ਹੈ ਕੀ ਮੰਗ ਕਰਦੇ ਜਾਂਦੇ ਮੰਗ ਇਹੀ ਕਰਦੇ ਆ ਵੀ ਇਹਨਾਂ ਦੀ ਮਾੜਿਆਂ ਦੀ ਮਦਦ ਹੋਣੀ ਚਾਹੀਦੀ 5-6 ਤੇ ਬੇਟੀਆਂ 3 ਸਾਲ ਦਾ ਬੇਟਾ ਹੈ ਤੁਹਾਨੂੰ ਪਤਾ ਇੰਨੀਆਂ ਚੀਜ਼ਾਂ ਕਿੱਦਾਂ ਬਣਾਉਣਗੇ ਤੋਂ ਮੀਂਹ ਪੈਣ ਡਿਆ ਭੈਣ ਤੁਹਾਡਾ ਗੁਰਜੀਤ ਕੀ ਗੱਲ ਹੋਈ ਹੈ ਜਿਹੜੀ ਅੱਗ ਲੱਗੀ ਅਜੀ ਤੇ ਮਿਹਨਤ ਬੰਦੇ ਮਿਹਨਤ ਕਰਨ ਬਾਹਰ ਗਏ ਬੱਚੇ ਕੱਲੇ ਹੈਗੇ ਸੀ ਘਰੇ ਤੇ ਚਾਹ ਬਣਾਉਣ ਲੱਗੇ ਪੌਣੇ ਨੂੰ ਅੱਗ ਲੱਗ ਗਈ ਸਾਰੇ ਅੱਗ ਅੰਦਰ ਫੈਲ ਗਈ ਬੱਚੇ ਨਿੱਕੇ ਨਿੱਕੇ ਸੀ ਬੱਚੇ ਨਿੱਕੇ ਨਿੱਕੇ ਜਾਂ ਦੋ ਕਾਕੇ ਨਿੱਕੇ ਨਿੱਕੇ ਦੋ ਗੁੱਡੀਆਂ ਸੀ ਆਵੇ ਗੁੱਡੀ ਇੱਥੇ ਤੁਹਾਡੇ ਅੱਛਾ ਤੇ ਕਿੰਨਾ ਸਮਾਨ ਸੜਿਆ ਸਮਾਨ ਤੋਲਾ ਚਾਂਦੀ ਦਾ ਸੀਗਾ ਵੀ ਟੌਪ ਸੀਗੇ 8-9 ਹਜ਼ਾਰ ਰੁਪਇਆ ਸੀ ਉਹ ਵੀ ਸਾਰਾ ਸੜ ਗਿਆ ਵਾ ਮੌਤ ਦਾ ਸਰਟੀਫਿਕੇਟ ਹੈਗੀ ਪਰਾਹੁਣੇ ਦਾ ਵੀ ਸੜ ਗਏ ਕਾਗਜ਼ ਤੇ ਉਹਦੇ ਕੱਪੜਾ ਲੀੜਾ ਕੋਈ ਕੱਪੜੇ ਵੀ ਸਾਰੇ ਸੜ ਗਏ ਬਿਸਤਰੇ ਸੀਗੇ ਬਾਹਰ ਬੱਚਿਆਂ ਦੇ ਕੱਪੜੇ ਸਾਰੇ ਉਹ ਵੀ ਸੜ ਗਏ ਕਮਰੇ ਕੀ ਹੈ ਮੇਰੇ ਕਮਰੇ ਫਰਿੱਜ ਫਰੁੱਜ ਹੈਗੀ ਫਰਿੱਜ ਸੀਗੀ ਵੀ ਟੀਵੀ ਸੀਗੀ ਸਾਰਾ ਕੁਝ ਸੜ ਗਿਆ ਸਾਰਾ ਟੋਟਲ ਸਮਾਨ ਪੱਖਾ ਛੱਤ ਵਾਲਾ ਵੀ ਸੜ ਗਿਆ ਇਹ ਸਾਰਾ ਘਰ ਚ ਇੱਕੋ ਹੀ ਕਮਰਾ ਬਸ ਇੱਕੋ ਹੀ ਇੱਕੋ ਹੀ ਕਮਰਾ ਕਿੰਨੇ ਜੀ ਰਹਿੰਦੇ ਇਹਦੇ ਵਿੱਚ ਇਹਦੇ ਚ 8-9 ਜੀ ਹੈਗੇ ਇਸ ਕਮਰੇ ਚ ਹਾਂਜੀ ਅੱਛਾ ਕੀ ਹੁਣ ਮੰਗ ਕੀ ਕਰਦੇ ਤੁਸੀਂ ਕੀ ਮੰਗ ਕਰਦੇ ਤੁਸੀਂ ਮੰਗ ਇਹੋ ਕਰਦੇ ਮੀਂਹ ਪੈਣ ਡਿਆ ਸਾਰੇ ਬਿਸਤਰੇ ਸੜ ਗਏ ਸਾਡੀ ਸਹਾਇਤਾ ਕੋਈ ਨਾ ਕੋਈ ਕਰ ਸਕਦੇ
ਕੀ ਨਾਂ ਭਾਈ ਤੁਹਾਡਾ? ਆਪਣਾ ਜੀ ਉਪ ਚੇਅਰਮੈਨ ਪੰਜਾਬ ਜੀ ਮਾਂ ਰਿਸ਼ੀ ਭਗਵਾਨ ਵਾਲਮੀਕੀ ਸਰਬ ਸਾਂਝਾ ਕੇਂਦਰ ਰਾਮ ਤੀਰਥ ਜੀ। गरीब परिवार सात अठ जी एक कमरे दे बहुत ज्यादा जिहड़ी मंदभागी दुर्घटना आई है सिलेंडर फटन दे नाल अग लगन के अग लग के अचानक इन्हां दा सारा समान जिन्ना भी वस्तुआं हैगियां कमरे दे विच सारिया सड़ चुकी उस संबंध दे विच असीं इत्थे पहुंचे। की सहायता तुहाडे वल्लों इन्हां ने कीती है? साडे वल्लों सहायता जी जो भी है जिदा भी होगी अहीं सारी टीम अहीं डिस्कस करदे आं परिवार नाल करदे आं राबता कायम जो भी है जिन्नी भी वध तों वध कीती जाऊगी जी साडी जथेबंदी करूगी। होर की मंग करदे लोकां तों? होर मंग जी अहीं तां इही करदे आं जी NRI वीरां नूं जिन्नी भी इस परिवार की सहायता कीती जावे बहुत माड़े हालात आ कोई भी समान इन्हां दा बचा नहीं होया जी। दुखी भैन भरावां दे घरां नूं वसाउण वाले बाबा सुल्तान पता लुधियाना 99-150-2151 गेट योर एक्स लव बैक इन योर लाइफ। तकदीर कदों बदलेगी सच्चा प्यार मिलेगा चा नहीं मोड़ी वशीकरण करवाओ मनचाहा प्रेमी प्रेमिका पा परेशानी जिवें लव मैरिज वशीकरण करवाना चा तुड़वाना पति पत्नी च अनबन औलाद सो विदेश यात्रा सौतन दुश्मन तो छुटकारा कर्जा मुक्ति ब्याज देरी तलाक केस कोर्ट केस लाटरी नंबर पाओ 649 होवे चा लोटो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटन नहीं देवांगा इट्स माय प्रॉमिस।